ਅਸੀਂ ਜਨਾਬ ਬਸ ਇੱਕ ਮਨਜ਼ੂਰ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗੇ ਅੱਜ ਤਾਜ਼ਾ ਤਾਜ਼ਾ ਪਾਸ ਹੋਏ ਨੇ ਇਹਨਾਂ ਨੂੰ ਇੱਕ ਡੇਟ ਮਿਲ ਕੇ ਫਿਰ ਰਹਿ ਗਈ ਸੀ ਔਰ ਫਿਰ ਮਿਲੀ ਫਿਰ ਅੱਜ ਨਾਰਾ ਮਾਰ ਆਏ ਨੇ ਜੀ ਬਸ ਭਾਈ ਬਹੁਤ ਬਹੁਤ ਮੁਬਾਰਕ ਮਾਸ਼ਾਅੱਲਾ ਸ਼ਹਿਰ ਮੁਬਾਰਕ ਹੈ ਜੀ ਬਸ ਸਾਹਿਬ ਬਹੁਤ ਖੁਸ਼ੀ ਹੋਈ ਹੈ ਬਸ ਸਾਹਿਬ ਅੱਜ ਮੁਬਾਰਕ ਕੈਸਾ ਰਹਿੰਦੇ ਤੁਹਾਨੂੰ ਮਹਿਸੂਸ ਕੀ ਹਾਲ ਕਰ ਹੈ ਰਹੇ ਹੋ ਕੈਸਾ ਮਹਿਸੂਸ ਕਰ ਰਹੇ ਹੋ ਤੁਸੀਂ ਫਾਈਨਲੀ ਲਾਇਸੈਂਸ ਕਰ ਚੁੱਕੇ ਹੋ ਜੀ ਹਾਂ ਖੁਸ਼ੀ ਹੋਣੀ ਸਰ ਜੀ ਇੱਕ ਫਿਰ ਜ਼ਿੰਦਗੀ ਚ ਤੁਹਾਨੂੰ ਅੱਗੇ ਵਧਣ ਦਾ ਮੌਕਾ ਲੱਭਦਾ ਹੈ ਹਾਂ ਤੇ ਅਸੀਂ ਤੇ ਸ਼ਹੀਦ ਦਾ ਸਾਥ ਤੁਹਾਨੂੰ ਤੇ ਅੱਜ ਹੈ 11 ਸਾਲ ਹੋ ਗਏ ਠੀਕ ਹੈ ਤੇ ਜੀ ਨਾ ਕਦੀ ਸੋਚਿਆ ਲਿਸੈਂਸ ਕਰਨ ਦੇ ਬਾਰੇ ਤੇ ਨਾ ਕਦੀ ਕਿਤਾਬ ਵੇਖੀ ਹੈ ਸੁਣਿਆ ਆ ਸਾਡੇ ਅਸਲ ਜੇਨ ਵਿੱਚ ਨਾ ਪਹਿਲੇ ਪੁਰਾਣੇ ਜਿਹੜੇ ਬੰਦੇ ਨੂੰ ਪਾਸੜ ਸਾਡੇ ਦੇ ਚ ਭਾਰਕ ਤੇ ਅਸੀਂ ਕਿ ਯਾਰ ਹੈ ਜਿਹੜਾ ਪਟੈਂਟ ਤੇ ਨਾ ਸਿਰਫ ਉਹ ਬੰਦੇ ਕਾਸਟ ਤੇ ਜਿਹੜੇ ਪੜਦੇ ਨੇ ਜਿਹੜੇ ਬੱਚੇ ਇੱਥੇ ਪੜਦੇ ਨੇ ਜਿਹੜੇ ਬੱਚੇ ਸਕੂਲਾਂ ਕਾਲਜਾਂ ਚ ਤੇ ਜਾਂ ਜਿਹੜੇ ਸਕੂਲਾਂ ਜਾਂਦੇ ਨੇ ਅੱਗੋਂ ਅਸੀਂ ਵੀ ਫਿਰ ਉਹ ਜੂੰ ਸੁਣਦੇ ਆ ਵੱਡਿਆਂ ਕੋਲੋਂ ਪਿਛਲਿਆਂ ਕੋਲੋਂ ਕਿਉਂਕਿ ਮੈਨੂੰ ਵੀ 11 ਸਾਲ ਹੋ ਗਏ ਮੈਂ 10 ਵੀ ਪਾਇਆ ਅੱਛਾ ਅਸੀਂ ਵੀ ਫਿਰ ਚੁੱਪ ਕਰ ਜਾਂਦੇ ਸੀ ਕਹਿੰਦੇ ਚਲੋ ਹੈਰੀ ਏ ਸਾਡੇ ਵਾਲਾ ਕੰਮ ਅਸੀਂ ਫਿਰ ਆ ਜਾਂਦੇ ਕਿਤੇ ਗੇਮ ਹੀ ਟੁੰਡਾ ਕੰਮ ਸ਼ਾਮ ਫਿਰ ਉਂਝ ਵੀ ਠੀਕ ਆ ਇਹ ਹੀ ਆਖਿਆ ਕੋਈ ਨੀ ਗੇਮ ਹੀ ਲੱਭੇ ਦੀ ਤਾਂ ਹੀ ਉਹ ਇੰਜੇ ਹੀ ਬਸ ਇੱਕ ਦਿਨ ਇੱਥੇ ਬਾਹਰ ਬੈਠਿਆ ਕੰਮ ਤੇ ਆ ਪਾਕਿਸਤਾਨ ਨੂੰ ਆਇਆ ਵਾਪਸੀ ਨਾ ਤੇ ਮੇਰਾ ਮਈ ਦਾ ਮਹੀਨਾ ਤੇ ਬਾਹਰ ਬੈਠਿਆ ਇੰਜੇ ਗੱਲ ਹੋਈ ਮੈਂ ਫੈਮਿਲੀ ਦੇ ਪੇਪਰ ਭੇਜੇ ਪਿਛਾ ਤੇ ਮੁੰਡਾ ਮਨਵਾਉਂਦਾ ਯਾਰ ਫੈਮਿਲੀ ਮੰਗਵਾਉਂਦਾ ਪਰ ਗੱਡੀ ਹੋਣੀ ਚਾਹੀਦੀ ਕੋਲੇ ਮੈਂ ਯਾਰ ਗੱਡੀ ਭਾਈ ਕੋਲੇ ਜੇ ਆਏ ਕਹਿੰਦਾ ਨੀ ਆਪਣੀ ਆਪਣੀ ਹੁੰਦੀ ਮੈਂ ਹਾਂ ਆਪਣੀ ਕਰ ਲੈਂਦੇ ਹਾਂ ਕਹਿੰਦਾ ਲਾਇਸੈਂਸ ਕਰ ਮੈਂ ਹਾਂ ਤੈਨੂੰ ਪਤਾ ਇੱਥੇ ਬੜਾ ਔਖਾ ਕਹਿੰਦਾ ਯਾਰ ਹੈ ਰਹੀ ਤੂੰ ਨਾ ਚੈੱਕ ਕਰਕੇ ਬੰਦੇ ਪੜਾਉਂਦੇ ਨੇ ਮੈਂ ਆਖ ਨਾ ਇੱਥੇ ਹੀ ਖਲੋਤੇ ਹਾਂ ਕੰਮ ਤੇ ਉਹ ਟਿਕਟਾਂ ਖੋਲੀ ਤੇ ਸਾਹਮਣੇ ਤੁਹਾਡੀ ਆਈ ਹੈ ਮੈਂ ਅੱਗੇ ਇੱਥੇ ਵੇਖੀ ਕੋਈ ਨਹੀਂ ਸੀ ਮੈਂ ਉਹ ਵੀਡੀਓ ਵੇਖੀ ਹੈ ਮੈਂ ਉਹ ਯੂਟਿਊਬ ਤੇ ਤੁਹਾਡਾ ਮਾਰਿਆ ਅਲੀ ਪਠਾਨ ਤੇ ਅਲੀ ਪਠਾਨ ਤੇ ਇੱਕ ਨਾ ਪੂਰਾ ਅੱਧੇ ਘੰਟੇ ਦਾ ਤੁਹਾਡਾ ਇੰਟਰਵਿਊ ਹੈ ਪਠਾਨ ਦੇ ਬਾਰੇ ਉਹ ਮੈਂ ਇੰਟਰਵਿਊ ਸੁਣਿਆ ਜੇ ਮੈਂ ਨਹੀਂ ਕੋਈ ਗੱਲ ਵੇਖੀ ਤਾਂ ਕਿ ਮੈਂ ਉਸੇ ਟਾਈਮ ਨਾਲ ਫੋਨ ਸੁਭਾ ਐਥੋਂ ਛੁੱਟੀ ਕੀਤੀ ਗਾ ਕੇ ਸੁਭਾ 8 ਵਜੇ ਤੇ ਮੈਂ ਜਾਗਦਾ ਰਿਹਾ ਫੋਨ ਕੀਤਾ ਆਫਿਸ ਵਿੱਚ ਤੁਹਾਡਾ ਨੰਬਰ ਲੈ ਕੇ ਮੈਂ ਉਸੇ ਟਾਈਮ ਪੈਸੇ ਪਾ ਕੇ ਦਾਖਲਾ ਲੈ ਉਹ ਅੱਲਾ ਹੈਰ ਕਰੇ ਮਹੀਨਾ ਡੇਢ ਮੈਂ ਐਪਲੀਕੇਸ਼ਨ ਤੇ ਪੜਿਆ ਕਿਉਂਕਿ ਮੈਂ ਕਲਾਸ 5 ਲੈ ਰਿਹਾ ਸਿੱਟਾ ਮੇਰੀ ਰਾਤ ਕੀਤੀ ਹੁੰਦੀ ਠੀਕ ਹੈ ਉਹ ਮਹੀਨੇ ਡੇਢ ਬਾਅਦ ਪਤਾ ਲੱਗਾ ਲਾਇਸੈਂਸ ਤੇ ਆਈ ਕੁਝ ਨਹੀਂ ਐਵੇਂ ਪੇ ਆਖਦੇ ਨੇ ਜੀ ਲਾਇਸੈਂਸ ਟਾਈਮ ਦੇ ਵਾਹ ਵਾਹ ਸਿਰਫ ਉਹ ਬੰਦੇ ਪਾਸ ਨਾਜ਼ਰੀਨ ਸੁਣਦੇ ਹੋ ਪੇ ਤੁਸੀਂ ਵਕਤ ਮਹੀਨੇ ਬਾਅਦ ਜਾਂ ਮਹੀਨੇ ਬਾਅਦ ਮੈਂ ਸਕੇਦਾ ਮਾਰਿਆ 17 ਚੈਪਟਰ ਪੜ੍ਹ ਕੇ ਨਾ ਤੇ ਦੋ ਗਲਤੀਆਂ ਹੋਈਆਂ ਮੈਂ ਤੁਹਾਨੂੰ ਭੇਜਿਆ ਉਸ ਟਾਈਮ ਮੈਂ ਕਿਹਾ ਮੈਂ ਤੇ ਪਾਸ ਹੋ ਜਾਣਾ ਮੈਂ ਗਿਆ ਉਸ ਟਾਈਮ ਜਾ ਕੇ ਦਾਖਲਾ ਲੈ ਆਇਆ ਉਹ ਸਕੂਲ ਵਾਲਿਆਂ ਕੋ ਲੇਟ ਕੀਤਾ ਤੇ 4 ਮਹੀਨੇ ਲੱਗ ਗਏ ਨੇ ਲਿਖ ਕੇ ਮੈਂ ਤੇ ਮਹੀਨੇ ਬਾਅਦ ਹੀ ਅੱਲਾ ਹੈਰ ਕਰੇ ਰੈਡੀ ਹੋ ਗਿਆ ਬਹੁਤ ਸ਼ਾਨਦਾਰ ਬਹੁਤ ਜ਼ੀਰੋ ਗਲਤੀ ਨਾਲ ਮਾਰ ਕੇ ਆਇਆ ਅੱਛਾ ਜੀ ਜ਼ੀਰੋ ਗਲਤੀ ਨਾਲ ਬਾਈ ਜ਼ੀਰੋ ਗਲਤੀ ਤੇ ਸਪੈਸ਼ਲ ਮੈਂ ਤੁਹਾਨੂੰ ਆਖਿਆ ਸੀ ਨਾ ਪਿਛਲੇ ਜੁਮੇ ਵੀ ਬਾਈ ਪਿਛਲੇ ਜੁਮੇ ਮੈਂ ਤੁਹਾਨੂੰ ਆਖਿਆ ਮਨੋਂ ਨਾ ਡੇਟ ਵੀ ਕੈਨਸਲ ਹੋ ਗਈ ਕੋਵਿਡ ਦੀ ਵਜ੍ਹਾ ਤੋਂ ਪਰ ਮੈਂ ਜ਼ੀਰੋ ਗਲਤੀ ਨਾਲ ਮਾਰ ਕੇ ਆਪਣਾ ਸਕੇ ਵਾਹ 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 ਲੋ ਜੀ ਬਸ ਇਸ ਮਨਜ਼ੂਰ ਸਾਹਿਬ ਜ਼ੀਰੋ ਐਰਰ ਦੇ ਨਾਲ ਪਾਸ ਹੋਏ ਨੇ ਔਰ ਪਹਿਲਾਂ ਇਤਨੇ ਸੀ ਕਿ ਸ਼ਾਇਦ ਇਹਨਾਂ ਨੂੰ ਇੱਕ ਬੜੀ ਦੂਰ ਮੰਜ਼ਿਲ ਨਜ਼ਰ ਆਉਂਦੀ ਸੀ ਦੇਖੋ ਨਾ ਇੱਕ ਝਾਕਾ ਹੀ ਆਇਆ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਜੇ ਸਟੂਡੈਂਟਸ ਕਿ ਮੈਂ ਤੁਹਾਡੇ ਉਹ ਦਿਮਾਗਾਂ ਦੇ ਦਰ ਖੋਲਣ ਚ ਕਾਮਯਾਬ ਹੋ ਗਿਆ ਕਿ ਜਿਨ੍ਹਾਂ ਨੂੰ ਸ਼ਾਇਦ ਇਹ ਸੀ ਕਿ ਯਾਰ ਇਹ ਇੰਪੋਸੀਬਲ ਕੰਮ ਤੇ ਬੜਾ ਅੱਲਾ ਦਾ ਸ਼ੁਕਰ ਹੈ ਬਸ ਇਸ ਮਨਜ਼ੂਰ ਸਾਹਿਬ ਪਰਮਾ ਸ਼ਹਿਰ ਤੋਂ ਲਾਇਸੈਂਸ ਕਰ ਚੁੱਕੇ ਨੇ ਔਰ ਪਹਿਲਾਂ ਕਹਿ ਰਹੇ ਨੇ ਕਿ ਕਾਫੀ ਮੁਸ਼ਕਲ ਲੱਗਦਾ ਸੀ ਔਰ ਬਲਕਿ ਨਾਮੁਮਕਿਨ ਲੱਗਦਾ ਸੀ ਸੁਣ ਸੁਣ ਕੇ ਬਸ ਇਸ ਭਾਈ ਕੋਈ ਗੇਮਾਂ ਸ਼ੇਮਾਂ ਦੋ ਨੰਬਰ ਤਰੀਕੇ ਨਾਲ ਟਰਾਈ ਕੀਤੀ ਸੀ ਕਿ ਨਹੀਂ ਕੀਤੀ ਹਾਂ ਜੀ ਹੁਣ ਤੁਹਾਨੂੰ ਕੀ ਦੱਸੀਏ ਐ ਵੇਖੋ ਅੱਛਾ ਜੀ ਅੱਛਾ ਇਹ ਦੋ ਨੰਬਰ ਜੀ ਪਹਿਲੇ ਦਾ ਲਾਇਸੈਂਸ ਹੈ ਉਹਨਾਂ ਕੋਲ ਇਹ ਦੋ ਨੰਬਰ ਜੀ ਕਿਉਂ ਹੁਣ ਤੁਹਾਨੂੰ ਦੱਸੀਏ ਕਾਮਰਾਨ ਸਾਹਿਬ ਦਾ ਦੋ ਨੰਬਰ ਨੇ ਸਰ ਜੀ ਢੂੰਡੀਆਂ ਹੀ ਦੋ ਨੰਬਰ ਨੇ ਸਿੱਧੇ ਰਾਹ ਤੇ ਸਾਨੂੰ ਤੁਹਾਨੂੰ ਦੱਸਿਆ ਸਾਨੂੰ ਦੱਸੇ ਨਹੀਂ ਕਿਹਾ ਸਾਨੂੰ ਚਾਹੀਦਾ ਦੱਸੇ ਗਿਆ ਜੀ ਇਹ ਤੇ ਕੰਮ ਹੀ ਜਿਹੜਾ ਜਿਹੜੇ ਮੁੰਡੇ ਸਕੂਲ ਜਾਂਦੇ ਨੇ ਉਹਨਾਂ ਨਾਲ ਹੈ ਤੇ ਬੜਾ ਮੁਸ਼ਕਲ ਹੈ ਦੇਖ ਲਓ ਇਹਨਾਂ ਨੇ ਲਾਇਸੈਂਸ ਕਰ ਚੁੱਕੇ ਨੇ ਦੋ ਨੰਬਰ ਤਰੀਕੇ ਨਾਲ ਕੋਈ ਪੈਸੇ ਲੈ ਦੇ ਕੇ ਫਿਰ ਵੀ ਓਰੀਜਨਲ ਕਰ ਲਿਆ